ਹੋ ਤੇਰੇ ਇਸ਼ਕ ਨਚਾਇਆ ਕਰ ਥਈਆ ਇਸ਼ਕ ਡਰਾ ਮੇਰੇ ਅੰਦਰ ਕੀਤਾ ਭਰ ਕੇ ਪ੍ਰੇਮ ਪਿਆਲਾ ਪੀਤਾ ਆ ਜਾ ਸਜਣਾ ਆ ਜਾ ਸਜਣਾ ਨਹੀਂ ਤੇ ਮੈਂ ਮਰ ਗਈਆਂ ਕਰ ਥਈਆ 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 ਕਰ ਥਈਆ 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 ਉਹਦਾ ਹੀ ਬਣ ਗਿਆ ਬਾਅਦ 'ਚ ਚੱਲ ਛਈਆਂ 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 ਮੈਂ ਬਚਪਨ ਤੋਂ ਸੁਣਦਾ ਰਿਹਾ ਸੀ ਇਸ ਗਾਣੇ ਨੂੰ ਫਿਰ ਇਹਦੀ ਮੈਂ ਇੱਕ ਨਵੀਂ ਤਰਜ਼ ਇੱਕ ਸ਼ਬਦ ਹੁੰਦਾ ਜਿਹਨੂੰ ਅਸੀਂ ਕੰਪੋਜੀਸ਼ਨ ਕਹਿੰਦੇ ਧੁਨ ਗਾਣੇ ਦੀ ਗਾਣੇ ਕੀ ਧੁਨ ਉਹ ਫਿਰ ਮੈਂ ਉਹਦੀ ਬਣਾਈ ਸੀ ਅਤੇ ਮੈਂ ਕਿਹਾ ਕਿਸੇ ਦਿਨ ਕਿਸੇ ਨੂੰ ਕੋਈ ਜਿਹੜਾ ਵਿਚਿੱਤਰ ਪ੍ਰਕਾਰ ਦੀ ਸੋਚ ਰੱਖਦਾ ਉਹਨਾਂ ਨਾਲ ਮੈਂ ਸ਼ੇਅਰ ਕਰਾਂਗਾ ਮੈਂ ਜਦੋਂ ਇਹਦੇ ਰੋਜ਼ਾ ਦੇ ਗਾਣੇ ਸੁਣੇ ਜਦੋਂ ਰੰਗੀਲਾ ਦੇ ਗਾਣੇ ਸੁਣੇ ਥਿਰੁੜਾ ਥੁੜਾ ਕੁਛ ਤਮਿਲ ਫਿਲਮਾਂ ਦੇ ਵੀ ਗਾਣੇ ਸੁਣੇ ਮੈਂ ਕਿਹਾ ਬੰਦਾ ਵਿਚਿੱਤਰ ਆ ਹੁਣ ਇੱਦਾਂ ਤਾਂ ਹੁੰਦਾ ਨਹੀਂ ਕਿ ਉਹ ਦਰਵਾਜ਼ੇ 'ਤੇ ਮੇਰੀ ਵੇਟ ਕਰ ਰਿਹਾ ਇੱਕ ਰਿਸੋਰਸ ਮੇਰੇ ਕੋਲ ਮਿਲਿਆ ਉਹ ਵੀ ਮੀਡੀਆ ਤੋਂ ਸਨ ਐਂਕਰ ਸਨ ਉਹ ਸੰਗੀਤ ਦੇ ਬੜੇ ਸ਼ੌਕੀਨ ਸੀ ਯਾਨੀ ਮਧੂਬਾਲਾ ਜੀ ਜਿਹੜੀ ਐਕਟਰ ਪੁਰਾਣੀ ਜਿਹੜੀ ਸੀ ਉਹਨਾਂ ਦੇ ਜੀਜਾ ਜੀ ਉਹ ਉਹਨਾਂ ਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਚੇਨਈ ਲੈ ਗਏ ਹੀ ਇੰਟਰੋਡਿਊਸ ਮੀ ਟੂ ਉਹਨਾਂ ਨੇ ਕਿਹਾ ਸੋਹਣੇ ਨੂੰ ਅਤੇ ਉਹ ਉੱਥੇ ਬੜੀਆਂ ਵਿਚਿੱਤਰ ਜਿਹੀਆਂ ਘਟਨਾਵਾਂ ਹੋਈਆਂ ਮੈਂ ਜਦੋਂ ਪੰਜਾਬੀ 'ਚ ਉਹਨਾਂ ਨੂੰ ਪੜ੍ਹ ਕੇ ਸੁਣਾਇਆ ਬਾਬਾ ਫਰੀਦ ਦਾ ਬਾਬਾ ਬੁੱਲੇ ਸ਼ਾਹ ਜੀ ਦਾ ਕਲਾਮ ਇਸ਼ਕ ਡੇਰਾ ਮੇਰੇ ਅੰਦਰ ਕੀਤਾ ਭਰ ਕੇ ਪ੍ਰੇਮ ਪਿਆਲਾ ਪੀਤਾ ਆ ਜਾ ਸਜਣਾ ਨਹੀਂ ਤਾਂ ਮੈਂ ਮਰ ਗਈ ਹਾਂ ਉਹ ਹੁਣ ਉਹ ਬੇਚਾਰਾ ਮਦਰਾਸੀ ਬੰਦਾ ਉਹ ਵੀ ਇੰਗਲਿਸ਼ 'ਚ ਥੋੜ੍ਹੀ ਬਹੁਤੀ ਬੋਲਦਾ ਕਹਿੰਦਾ ਮੈਨੂੰ ਸਾਰੀ ਚੀਜ਼ ਤੂੰ ਮੈਨੂੰ ਐਕਸਪਲੇਨ ਕਰ ਮੈਂ ਕਿਹਾ ਇੰਨੀ ਅੰਗਰੇਜ਼ੀ ਲਿਆਵਾਂ ਕਿੱਥੋਂ ਮੈਂ ਉਹ ਭਾਈ ਮੈਂ ਕਿਹਾ ਇੱਦਾਂ ਹੀ ਹਾਂ ਪੰਜਾਬ ਵਾਲਿਆਂ ਨੂੰ ਵੈਸੇ ਅੰਗਰੇਜ਼ੀ ਘੱਟ ਨਹੀਂ ਨਹੀਂ 8 ਵਜੇ ਤੋਂ ਬਾਅਦ ਪੂਰਾ ਪੰਜਾਬ ਅੰਗਰੇਜ਼ੀ ਬੋਲਦਾ ਇਹ ਵੀ ਮੈਨੂੰ ਪਤਾ ਹਾਂ ਉਹ ਹੁਣ ਉਦੋਂ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਐਕਸਪ੍ਰੈਸ਼ਨ ਇਜ਼ ਦਾ ਬੈਸਟ ਲੈਂਗੁਏਜ ਟੂ ਕਨਵੇ ਐਕਸਪ੍ਰੈਸ਼ਨਸ ਤੋਂ ਵਧੀਆ ਭਾਵ ਜਿਹੜੇ ਹੁੰਦੇ ਆ ਉਸ ਤੋਂ ਬੈਸਟ ਲੈਂਗੁਏਜ ਕੋਈ ਨਹੀਂ ਹੁੰਦੀ ਮੈਂ ਉਹ ਮੇਰੇ ਵੱਲ ਦੇਖਿਆ ਕਹਿੰਦਾ ਫਿਰ ਮੈਨੂੰ ਕਿੱਦਾਂ ਪਤਾ ਲੱਗੇਗਾ ਇਹ ਵੀ ਗੱਲ ਉਹਨੇ ਇੰਗਲਿਸ਼ 'ਚ ਕਹੀ ਉਦੋਂ ਅਸੀਂ ਥੋੜ੍ਹੀ ਠੀਕ ਠਾਕ ਬੋਲਣ ਨੇ ਹੁਣ ਉਹ ਵੀ ਖਰਾਬ ਹੋ ਗਈ ਸਾਡੀ ਅਤੇ ਐਨੀ ਵੇ ਸਮ ਹਾਓ ਆਈ ਕਨਵਿੰਸਡ ਹਿਮ ਕਿ ਯੂ ਗਿਵ ਮੀ ਦਾ ਮਾਈਕ ਮੈਨੂੰ ਮਾਈਕ ਦਿਓ ਮੈਂ ਇਹਨੂੰ ਗਾ ਕੇ ਇਹਦਾ ਐਕਸਪ੍ਰੈਸ਼ਨ ਇਹਦੇ ਭਾਵ ਨੂੰ ਐਕਸਪ੍ਰੈਸ ਕਰਦਾ ਵਾਂ ਉਹ ਉਹੀ ਹੋਇਆ ਕਿਵੇਂ ਗਾਇਆ ਸੀ ਉਸ ਵੇਲੇ ਉਹ ਜਿਹੜਾ ਹੁਣੇ ਗਾ ਕੇ ਟਾਈਮ ਹੋ ਤੇਰੇ ਇਸ਼ਕ ਨਚਾਇਆ ਕਰ ਥਈਆ ਇਸ਼ਕ ਡਰਾ ਮੇਰੇ ਅੰਦਰ ਕੀਤਾ ਭਰ ਕੇ ਪ੍ਰੇਮ ਪਿਆਲਾ ਪੀਤਾ ਆ ਜਾ ਸਜਣਾ ਆ ਜਾ ਸਜਣਾ ਨਹੀਂ ਤੇ ਮੈਂ ਮਰ ਗਈ ਹਾਂ ਕਰ ਥਈਆ 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 ਕਰ ਥਈਆ 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 ਉਹਦਾ ਹੀ ਬਣ ਗਿਆ ਬਾਅਦ 'ਚ ਚੱਲ ਛਈਆਂ 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 ਉਹਨੇ ਮੈਨੂੰ ਸੁਣਿਆ ਫਿਰ ਉਹਨਾਂ ਨੇ ਮੇਰਾ ਜਦੋਂ ਗਾਣਾ ਸੁਣਿਆ ਫਿਰ ਗੁਲਜ਼ਾਰ ਸਾਹਿਬ ਨਾਲ ਇੱਕ ਸਫੇਦ ਲਿਬਾਸ ਦਰਵੇਸ਼ ਇਨਸਾਨ ਉਹਨਾਂ ਨਾਲ ਮੇਰੀ ਸਵੇਰ ਇੰਟਰੋਡਕਸ਼ਨ ਹੋਈ ਮੈਨੂੰ ਇੰਟਰੋਡਿਊਸ ਕੀਤਾ ਗਿਆ ਉਹਨਾਂ ਨੇ ਗਾਣਾ ਲਿਖ ਕੇ ਸਾਹਮਣੇ ਰੱਖ ਦਿੱਤਾ ਛਈਆਂ ਛਈਆਂ ਲਿਖ ਦਿੱਤਾ ਔਰ ਫਿਰ ਉਹ ਨਜ਼ਾਰਾ ਐਸਾ ਬੰਨਿਆ ਇੰਨਾ ਖੂਬਸੂਰਤ ਨਜ਼ਾਰਾ ਬੰਨਿਆ ਅਤੇ ਉਹਨਾਂ ਨੇ ਚੁੱਕ ਕੇ ਮੇਰਾ ਸਮਾਨ ਜਿਹੜੇ ਮੈਂ ਉੱਥੇ ਮਾੜੀ ਜਿਹੀ ਇੱਕ ਛੋਟੀ ਜਿਹੀ ਕੁੱਲੀ 'ਚ ਰਹਿੰਦਾ ਸਾਂ ਛੋਟਾ ਜਿਹਾ ਇੱਕ ਹੋਟਲ ਸੀ ਜੋ ਮੈਂ ਅਫੋਰਡ ਕਰ ਸਕਦਾ ਚੁੱਕ ਕੇ ਤਾਜ 'ਚ ਸ਼ਿਫਟ ਕਰਤਾ ਮੈਂ ਉਹਨਾਂ ਨੇ ਕਿਹਾ ਨਹੀਂ ਭਾਈ ਸਾਹਿਬ ਮੈਂ ਇੱਥੇ ਲਗਜ਼ਰੀ ਨਹੀਂ ਮਿਊਜ਼ਿਕ ਇੰਜੋਏ ਕਰਨਾ ਹੈ ਮੈਂ ਵਾਪਸ ਉੱਥੇ ਹੀ